ਅਲਫ ਐਸ ਪ੍ਰੇਮ ਦੇ ਨਗਰ ਅੰਦਰ ਤੇ ਡਿੱਠੇ ਵਸਦੇ ਗੁਠੜੀ ਜਾਣ ਵਾਲੇ ਦੁਆਰੇ ਇਸ਼ਕ ਦੇ ਬੈਠ ਕੇ ਕਰਨ ਓ ਪੂਜਾ ਡਿੱਠੇ ਆਫਦ ਨੇ ਖਾਸ ਕੁਰਾਨ ਵਾਲੇ ਅਸੂਲੀ ਸਾਰ ਤੇ ਸਿਰੇ ਤੇ ਪਰ ਓ ਲਟਕਣ ਡਿੱਠੇ ਯਾਰ ਦਾ ਪੈਤ ਛੁਪਾਉਣ ਵਾਲੇ ਤੇ ਖੂਗ ਚਾਰ ਦੇ ਬੂਟਿਆ ਓ ਇਸ਼ਕ ਓ ਪਿੱਛੇ ਤੇ ਡਿੱਠੇ ਵਲੀ ਕਮਾਲ ਸੁਦਾਨ ਵਾਲੇ ਤੇ ਤੇ ਤੱਕਿਆ ਤੇ ਤੱਕਿਆ ਯਾਰ ਦੀ ਜ਼ੁਲਫ ਓ ਅੰਦਰ ਤੇ ਪਿਆ ਇਹ ਚਮਕਦਾ ਨੂਰ ਕੋਏ ਤੂਰ ਵਾਲਾ ਪੁੱਲੀ ਓਸ਼ ਤੇ ਇਸ਼ਕ ਦਾ ਓ ਜੋਸ਼ ਓਇਆ ਤੇ ਕੀਤਾ ਨੋਸ਼ ਪਿਆਲਾ ਮਨਸੂਰ ਵਾਲਾ ਤੇ ਦਿੱਤੇ ਸੁੱਖ ਤੇ ਝੋਲੜੀ ਦੁੱਖ ਓ ਪਾਏ ਤੇ ਕੀਤਾ ਹੈ ਬਣਜ ਬਹੁਤ ਕਸੂਰ
ਵਾਲਾ ਮੰਮਾ ਦੇ ਬੂਟਿਆ ਰੋਂਦਿਆਂ ਉਮਰ ਗੁਜ਼ਰੀ ਤੇ ਕਰੇ ਇਹ ਤਰਸਨਾ ਯਾਰੋ ਗਰੂਰ ਵਾਲਾ ਬੂਟਾ ਸਾਹਿਬ ਲਿਖਦੇ ਨੇ ਤੇ ਜੀਮ ਜਾ ਡਿਠਾਓ ਸੋਹਣਾ ਬੁੱਤ ਓ ਖਾਨੇ ਤੇ ਮੱਥੇ ਤਿਲਕ ਤੇ ਬਗਲੋ ਕੁਰਾਨ ਦਿਸਦਾ ਤੇ ਕੀਤਾ ਯਾਰ ਦਾ ਮਜ਼ਹਬ ਕਬੂਲ ਮੈਂ ਵੀ ਤੇ ਉਸ ਵਿੱਚੋਂ ਦੀਨੋ ਸਲਾਮ ਦਿਸਦਾ ਤੇ ਇੱਕ ਹੱਥ ਮਾਲਾ ਓ ਦੂਜੇ ਹੱਥ ਓ ਤਸਬੀਹ ਤੇ ਨਾ ਕਾਫਰ ਤੇ ਨਾ ਮੁਸਲਮਾਨ ਦਿਸਦਾ ਤੇ ਮੰਮਦ ਬੂਟਿਆ ਚਮਕਦਾ ਓਏ ਹਰ ਤਰਫੋਂ ਤੇ ਜਲਵਾ ਯਾਰ ਦਾ ਵਿੱਚੋ ਇਹ ਜਾਣ ਦਿਸਦਾ ਤੇ ਜ਼ੇ ਜ਼ਰਾ ਨੀ ਆਉਂਦੀ ਓ ਸਮਝ ਮੁੱਲਾਂ ਜ਼ੇ ਜ਼ਰਾ ਨੀ ਆਉਂਦੀ ਸਮਝ ਮੁੱਲਾਂ ਤੇਰੇ ਇਲਮ ਤੇ ਵਾਜ ਕਲਾਮ ਵਾਲੀ ਰੱਖ ਠਪਕਤਾ ਓਸ਼ਤਾਬ ਇਹ ਉੱਥੋਂ ਤੇ ਕਰ ਓ ਸਿਫਤ ਕੋਈ ਯਾਰ ਦੇ ਓ ਨਾਮ ਵਾਲੀ ਤੇ ਅਸਾਂ ਇਸ਼ਕ ਕੁਫਾਰ ਦੇ ਇਹ ਕਾਫਰਾਂ ਨੂੰ ਤੇ ਕੁਝ ਖਬਰ ਨਾ ਮਦਬ ਸਲਾਮ ਵਾਲੀ ਮੰਮ ਦੇ ਬੂਟਿਆ ਵੇਖ ਕੇ ਓ ਜ਼ੁਲਫ ਓ ਮਾਈ ਤੇ ਖਿੱਚੀ ਅਲਫ ਦੀ ਸ਼ਕਲੋ ਲਾਮ ਵਾਲੀ ਤੇ ਜ਼ਵਾਦ
ਜ਼ਾਮਣ ਗਮਾਦਾ ਗੋਣ ਬੂਟਾ ਸਾਹਿਬ ਲਿਖਦੇ ਨੇ ਕਿ ਜਵਾਬ ਜਾਮਣ ਗਮਾਂ ਦਾ ਕੌਣ ਹੋਵੇ, ਆਹ ਯਾਰ ਦਰਦੀ ਉਹ ਵੀ ਨੱਸ ਗਿਆ। ਨਹੀਂ ਬੰਦਗੀ ਪਈ ਓ ਆਏ ਕਬੂਲ ਮੈਰੀ ਤੇ ਸਜਦੇ ਓ ਕਰ ਕਰ ਮਥੜਾ ਇਹ ਕਸ ਗਿਆ।